ਇਹੀ ਧੰਦਾ ਕਰਦੇ ਨੇ ਤੇ ਗੋਲੀ ਤੇ ਚਿੱਟਾ ਵੇਚਦੇ ਨੇ। ਉਹਨਾਂ ਦਾ ਨਾਂ ਹੈ ਕਿ ਸਲੋਚਨਾ ਹੈਗਾ ਤੇ ਉਹਨਾਂ ਦਾ ਮੁੰਡਾ ਮੋਨੂ ਮੋਨੂ ਕਹਿੰਦੇ ਆ। ਹਾਂ ਤੇ ਇੱਕ ਹੋਰ ਉਹਨਾਂ ਦਾ ਇੱਕ ਪਤਾ ਨਹੀਂ ਉਹਨਾਂ ਦਾ ਰਿਲੇਟਿਵ ਸੀ ਤੇ ਲੇਡੀਜ਼ ਆ ਨਹੀਂ ਦੋ ਚਾਰ ਤੇ ਹਾਂ ਕੰਚਨ ਹੋ ਗਈ ਹੋਰ ਵੀ ਲੇਡੀਜ਼ਾਂ ਨੇ ਠੀਕ ਜੀ ਤੇ ਉਹਨਾਂ ਨਾਲ ਚਾਰ ਬੰਦੇ ਹੋਰ ਆਏ ਸੀ ਜਿਹਨਾਂ ਨੇ ਹਮਲਾ ਕੀਤਾ ਉਹ ਵੀ ਬਾਹਰ ਲੈਂਦੇ ਨੇ ਵੀ ਨਸ਼ਾ ਬੰਦ ਨਾ ਹੋਵੇ ਤੇ ਜਿਹੜੇ ਅਸੀਂ ਪ੍ਰਸ਼ਾਸਨ ਕੋਲ ਗਏ ਫਿਰ ਉਹਦੀ ਮਤਲਬ ਕਿ ਦਰਖਾਸਤ ਦੇਣ ਵਾਸਤੇ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਤੇ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੇ ਉਲਟਾ ਪ੍ਰੈਸ਼ਰ ਪਾਉਣੇ ਵੀ ਤੁਸੀਂ ਉਹਨਾਂ ਦੇ ਉੱਤੇ ਹਮਲਾ ਕੀਤਾ ਹੈ ਜੇ ਤੁਸੀਂ ਰਾਜੀਨਾਮਾ ਕਰਦੇ ਹੋ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਬਣਦੀ ਕਾਰਵਾਈ ਤੁਹਾਡੇ ਖਿਲਾਫ਼ ਕਰਾਂਗੇ। ਦੇਖੋ ਜੀ ਇੱਕ ਜਨਾਨੀ ਪਿੱਛੇ ਉਹ ਪੁਲਿਸ ਵਾਲੀ ਐਂ ਕਰਦੀ ਪਈ ਹੈ ਹਾਲਾਂਕਿ ਕੋਈ ਲੇਡੀਜ਼ ਧੰਦਾ ਵੀ ਕਰਦੀ ਹੈ ਤੇ ਚਿੱਟਾ ਹੀ ਵੇਚਦੀ ਹੈ। ਇਹ ਰਾਜਵਾਲਾ ਜੀ ਹੈਗੀ ਜੀ ਜੇ ਰਾਜਵਾਲਾ ਜੀ ਹੈਗੀ ਜੀ ਜੇ ਰਾਜਵਾਲਾ ਜੀ ਹੈਗੀ ਜੀ ਜਿਹੜੀ ਸਾਡਾ ਪਰਚਾ ਨਹੀਂ ਲੈ ਰਹੇ ਇੰਨਾ ਵੱਡਾ ਹਾਦਸਾ ਹੋਣ ਦੇ ਬਾਅਦ ਵੀ ਸਾਡਾ ਪਰਚਾ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਨਹੀਂ ਬਣਾ ਰਹੇ ਐਮ ਐਲ ਆਰ ਸਾਡੀ ਕੱਟੀ ਹੋਈ ਹੈ ਉਹਨਾਂ ਦੀ ਮੁੰਡੀ ਦੀ ਸੱਟ ਵੇਖੋ ਜੀ ਇਹਨਾਂ ਦੇ ਇੰਨਾ ਤਕੜਾ ਜ਼ਖਮੇ 18 ਕਹਿੰਦੇ ਪਤਾ ਨਹੀਂ ਕਿੰਨੇ ਟਾਕੇ ਇਹਨਾਂ ਦੇ ਆਏ ਆ ਕਿ ਕੋਈ ਕੇਸ ਨਹੀਂ ਬਣਨਾ ਚਾਹੀਦਾ ਕੋਈ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਨਹੀਂ ਕਿਉਂ ਸਾਨੂੰ ਦਬਾ ਰਿਹਾ ਦਬਾਅ ਕਿਸ ਚੀਜ਼ ਦਾ ਸਾਡੇ ਉੱਤੇ ਕਿਸ ਚੀਜ਼ ਦਾ ਦਬਾਅ ਹੈ ਸਾਡੇ 'ਤੇ ਕੋਈ ਦਬਾਅ ਨਹੀਂ ਸਿਰਫ ਉਹ ਬਣਾ ਰਹੇ ਨੇ ਕਿ ਇਹ ਪਿੱਛੇ ਹਟ ਜਾਣ ਇਹ ਕੰਮ ਇਵੇਂ ਚੱਲਦਾ ਰਹੇ ਤੇ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ ਉਹ ਸਾਡਾ ਕੋਈ ਮਤਲਬ ਕਿ ਸੁਣਵਾਈ ਨਹੀਂ ਕਰੀ ਨਾ ਹੀ ਕੋਈ ਪਰਚਾ ਕਰ ਦਰਜ ਕਰੀ ਉਹ ਕਹਿੰਦੇ ਵੀ ਤੁਸੀਂ ਇਹਨਾਂ ਦੇ ਉੱਤੇ ਹਮਲਾ ਕੀਤਾ ਹੈ ਉਹ ਕਹਿੰਦੇ ਤੁਸੀਂ ਇਹਨਾਂ ਦੇ ਉੱਤੇ ਹਮਲਾ ਕੀਤਾ ਬਲਕਿ ਜ਼ਖਮੀ ਮੁੰਡੇ ਸਾਡੇ ਹੋਏ ਪਏ ਨੇ ਉਹਨਾਂ ਦੇ ਘਰ ਦੇ ਵਿੱਚ ਘੁਸ ਕੇ ਹਮਲਾ ਕਰ ਰਹੇ ਨੇ ਤੇ ਨਾ ਹੀ ਉਹਨਾਂ ਦਾ ਪਰਚਾ ਲੈ ਰਹੇ ਨੇ ਕੋਈ ਸੁਣਵਾਈ ਕੋਈ ਮਨਿੰਦਰ ਸਿੰਘ ਜੀ ਅੱਜ ਤੱਕ ਪਹੁੰਚੇ ਹੋ ਕਿਸ ਕਰਕੇ ਕੀ ਮੁੱਦੇ ਲੈ ਕੇ ਪਹੁੰਚੇ ਹੋ ਮੁੱਦਾ ਜੀ ਹੈ ਜੀ ਜਿਹੜਾ ਆਪਣੇ ਜੈਜੇ ਕਲੋਨੀ ਹੈ ਜੀ ਉਹਦੇ ਵਿੱਚ ਕਾਫੀ ਜ਼ਿਆਦਾ ਜਿਸਮ ਫਰੋਤੀ ਤੇ ਚਿੱਟੇ ਗੋਲੀ ਐਲਪ੍ਰੈਕ ਜੋ ਵੀ ਆਪਣਾ ਨਸ਼ਾ ਚੱਲ ਰਿਹਾ ਹੈ ਉਹਦਾ ਮਤਲਬ ਕਿ ਬਹੁਤ ਜ਼ਿਆਦਾ ਭਾਰੀ ਮਾਤਰਾ 'ਚ ਮਤਲਬ ਕਿ ਉਹ ਵਰਤ ਹੋ ਰਹੀ ਅਤੇ ਉੱਥੇ ਵਪਾਰ ਚੱਲ ਰਿਹਾ ਅਤੇ ਆਪਣੇ ਜਿਹੜੇ ਹੁਣ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੇ ਮੁੱਦਾ ਉਠਾਇਆ ਵੀ ਇੱਕਦਮ ਉਹ ਚੱਕ ਰਹੇ ਨੇ ਵੀ ਆਉਣ ਵਾਲੀ ਜਿਹੜੀ ਸਾਡੀ ਨਸਲ ਹੈ ਉਹ ਨਸ਼ੇ ਤੋਂ ਮੁਕਤ ਹੋਵੇ ਅੱਗੇ ਵਧਣ ਅਤੇ ਤਰੱਕੀਆਂ ਕਰਨ ਠੀਕ ਜੀ ਲੇਕਿਨ ਜਿਹੜੇ ਵੇਚਣ ਵਾਲੇ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ ਵੀ ਇਹ ਕਲੋਨੀ ਤਰੱਕੀ ਨਾ ਕਰੇ ਅਤੇ ਨਾ ਹੀ ਇਹਨਾਂ ਦੇ ਬੱਚੇ ਪੜ੍ਹਨ ਲਿਖਣ ਅਤੇ ਸਾਡਾ ਜਿਹੜਾ ਇਹ ਸਿਸਟਮ ਇਸੇ ਤਰ੍ਹਾਂ ਚੱਲਦਾ ਰਹੇ ਅਤੇ ਇਸ ਚੀਜ਼ ਦੇ ਉੱਤੇ ਮਤਲਬ ਕਿ ਕੰਮ ਦੇ ਜਿਹੜੇ ਸਾਡੀ ਸੰਗਤ ਹੈਗੀ ਜਿਹਨਾਂ ਨੇ ਕਦਮ ਉਠਾਇਆ ਵੀ ਇਹ ਨਸ਼ੇ ਨੂੰ ਬੰਦ ਕੀਤਾ ਜਾਵੇ ਦੇਹ ਵਪਾਰ ਬੰਦ ਕੀਤਾ ਜਾਵੇ ਅਤੇ ਇਸ ਲਈ ਮੁੰਡੇ ਸਾਰੇ ਅੱਗੇ ਆਏ ਨੇ ਅਤੇ ਇਸ ਚੀਜ਼ ਨੂੰ ਰੋਕਣ ਵਾਸਤੇ ਉਹਨਾਂ ਨੇ ਆਪਦੇ ਗੁੰਡੇ ਵੀ ਬੁਲਾਏ ਨੇ ਮਾਰਪੀਟ ਵੀ ਕੀਤੀ ਜਿਵੇਂ ਹੁਣ ਪਰਸੋਂ ਸਾਡੇ ਇੱਕ ਪਰਿਵਾਰ ਉੱਤੇ ਹਮਲਾ ਹੋਇਆ ਉਹ ਮੇਰੀ ਰਿਲੇਟਿਵ ਨੇ ਮੇਰੀ ਨਾਨੀ ਲੱਗਦੇ ਨੇ ਉਹਨਾਂ ਦੇ ਦੋ ਬੱਚਿਆਂ ਦੇ ਸਿਰ ਪਾੜੇ ਨੇ ਅਤੇ ਜਿਹੜੀ ਮੇਰੀ ਨਾਨੀ ਉਹਨਾਂ ਦੇ ਚੱਕੂ ਮਾਰਿਆ ਕੁਦਰਤੀ ਉਹਨਾਂ ਦਾ ਬਚਾਅ ਹੋ ਗਿਆ ਲੇਕਿਨ ਵੱਜੀ ਉਹਨਾਂ ਦੇ ਹੈਗੀ ਆ ਚੱਕੂ ਵੱਜਿਆ ਹੋਇਆ ਉਹਨਾਂ ਦੇ ਹਮਲਾ ਉਹਨਾਂ 'ਤੇ ਹੋਇਆ ਅਤੇ ਚੰਦ ਨੇ ਵੀ ਇਹ ਨਸ਼ਾ ਬੰਦ ਨਾ ਹੋਵੇ ਅਤੇ ਜਿਹੜੇ ਅਸੀਂ ਪ੍ਰਸ਼ਾਸਨ ਕੋਲ ਗਏ ਫਿਰ ਉਹਦੀ ਮਤਲਬ ਕਿ ਦਰਖਾਸਤ ਦੇਣ ਵਾਸਤੇ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਅਤੇ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅਤੇ ਉਲਟਾ ਪ੍ਰੈਸ਼ਰ ਪਾਉਣੇ ਵੀ ਤੁਸੀਂ ਉਹਨਾਂ ਦੇ ਉੱਤੇ ਹਮਲਾ ਕੀਤਾ ਤੇ ਅਸੀਂ ਤੁਹਾਨੂੰ ਜੇ ਤੁਸੀਂ ਰਾਜੀਨਾਮਾ ਕਰਦੇ ਹੋ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਬਣਦੀ ਕਾਰਵਾਈ ਤੁਹਾਡੇ ਖਿਲਾਫ਼ ਕਰਾਂਗੇ। ਦੇਖੋ ਜੀ ਇੱਕ ਜਨਾਨੀ ਪਿੱਛੇ ਉਹ ਪੁਲਿਸ ਵਾਲੀ ਐਂ ਕਰਦੀ ਪਈ ਹੈ ਹਾਲਾਂਕਿ ਕੋਈ ਲੇਡੀਜ਼ ਧੰਦਾ ਵੀ ਕਰਦੀ ਹੈ ਅਤੇ ਚਿੱਟਾ ਹੀ ਵੇਚਦੀ ਹੈ ਠੀਕ ਜੀ ਹੈ ਅਤੇ ਅਸੀਂ ਸਾਡੀ ਇਹੀ ਗੁਹਾਰ ਹੈ ਵੀ ਪ੍ਰਸ਼ਾਸਨ ਸਾਡੀ ਮਦਦ ਕਰੇ ਅਤੇ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਬਰਾਬਰ ਖੜਾ ਹੋਵੇ ਠੀਕ ਜੀ। ਅਸੀਂ ਇਹੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਡੀ ਅੱਗੇ ਆਉਣ ਵਾਲੀ ਨਸਲ ਸੁਧਰਨਾ ਚਾਹੁੰਦੀ ਹੈ ਪੜ੍ਹਨਾ ਲਿਖਣਾ ਚਾਹੁੰਦੀ ਹੈ ਅਤੇ ਇਸ ਵਿੱਚ ਉਹ ਸਾਡੇ ਨਾਲ ਖੜੇ ਹੋਣ। ਉਹ ਇਹੀ ਧੰਦਾ ਕਰਦੇ ਨੇ ਤੇ ਗੋਲੀ ਤੇ ਚਿੱਟਾ ਵੇਚਦੇ ਨੇ ਉਹਨਾਂ ਦਾ ਨਾਂ ਹੈ ਕਿ ਸਲੋਚਨਾ ਹੈਗਾ ਤੇ ਉਹਨਾਂ ਦਾ ਮੁੰਡਾ ਮੋਨੂ ਮੋਨੂ ਕਹਿੰਦੇ ਆ। ਹਾਂ ਤੇ ਇੱਕ ਹੋਰ ਉਹਨਾਂ ਦਾ ਇੱਕ ਪਤਾ ਨਹੀਂ ਉਹਨਾਂ ਦਾ ਰਿਲੇਟਿਵ ਸੀ ਤੇ ਲੇਡੀਜ਼ਾਂ ਨਹੀਂ ਦੋ ਚਾਰ ਤੇ ਹਾਂ ਕੰਚਨ ਹੋ ਗਈ ਹੋਰ ਵੀ ਲੇਡੀਜ਼ਾਂ ਨੇ ਠੀਕ ਜੀ ਤੇ ਉਹਨਾਂ ਨਾਲ ਚਾਰ ਬੰਦੇ ਹੋਰ ਆਏ ਸੀ ਜਿਹਨਾਂ ਨੇ ਹਮਲਾ ਕੀਤਾ ਉਹ ਵੀ ਬਾਹਰ ਲੈ। ਤੁਸੀਂ ਕਹਿ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡੇ ਤੇ ਦਬਾਅ ਬਣਾਇਆ ਜਾ ਰਿਹਾ ਹੈ ਕੋਲ ਕਿਹੜੇ ਅਧਿਕਾਰੀ ਤੁਹਾਡੇ ਤੇ ਦਬਾਅ ਬਣਾ ਰਹੇ ਇਹ ਰਾਜਵਾਲਾ ਜੀ ਹੈਗੀ ਜੀ ਜਿਹੜੀ ਸਾਡਾ ਪਰਚਾ ਨਹੀਂ ਲੈ ਰਹੇ ਇੰਨਾ ਵੱਡਾ ਹਾਦਸਾ ਹੋਣ ਦੇ ਬਾਅਦ ਵੀ ਸਾਡਾ ਪਰਚਾ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਕਿਉਂ ਨਹੀਂ ਬਣਾ ਰਹੇ ਐਮ ਐਲ ਆਰ ਸਾਡੀ ਕੱਟੀ ਹੋਈ ਹੈ ਸਾਰਾ ਕੁਛ ਹੈ ਜੀ ਹੁਣ ਤੁਹਾਡੇ ਕੋਲ ਆ ਜਾਏਗਾ ਇਹ ਵੇਖੋ ਇਹਨਾਂ ਦੀ ਮੁੰਡੀ ਦੀ ਸੱਟ ਵੇਖੋ ਜੀ ਇਹਨਾਂ ਦੇ ਇੰਨਾ ਤਕੜਾ ਜ਼ਖਮੇ 18 ਕਹਿੰਦੇ ਪਤਾ ਨਹੀਂ ਕਿੰਨੇ ਟਾਕੇ ਇਹਨਾਂ ਦੇ ਆਏ ਆ ਕਿ ਕੋਈ ਕੇਸ ਨਹੀਂ ਬਣਨਾ ਚਾਹੀਦਾ ਕੋਈ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਨਹੀਂ ਕਿਉਂ ਸਾਨੂੰ ਦਬਾ ਰਿਹਾ ਦਬਾਅ ਕਿਸ ਚੀਜ਼ ਦਾ ਸਾਡੇ ਉੱਤੇ ਕਿਸ ਚੀਜ਼ ਦਾ ਦਬਾਅ ਹੈ ਸਾਡੇ ਤੇ ਕੋਈ ਦਬਾਅ ਨਹੀਂ ਸਿਰਫ ਉਹ ਬਣਾ ਰਹੇ ਨੇ ਕਿ ਵੀ ਇਹ ਪਿੱਛੇ ਹਟ ਜਾਣ ਇਹ ਕੰਮ ਇਵੇਂ ਚੱਲਦਾ ਰਹੇ ਤੇ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ। ਉਹ ਸਾਡਾ ਕੋਈ ਮਤਲਬ ਕਿ ਸੁਣਵਾਈ ਨਹੀਂ ਕਰੀ ਨਾ ਹੀ ਕੋਈ ਪਰਚਾ ਕਰ ਦਰਜ ਕਰੀ ਉਹ ਕਹਿੰਦੇ ਵੀ ਤੁਸੀਂ ਇਹਨਾਂ ਦੇ ਉੱਤੇ ਹਮਲਾ ਕੀਤਾ ਉਹ ਕਹਿੰਦੇ ਤੁਸੀਂ ਇਹਨਾਂ ਦੇ ਉੱਤੇ ਹਮਲਾ ਕੀਤਾ ਬਲਕਿ ਜ਼ਖਮੀ ਮੁੰਡੇ ਸਾਡੇ ਹੋਏ ਪਏ ਨੇ
ਉਹਨਾਂ ਦੇ ਘਰ ਦੇ ਵਿੱਚ ਘੁਸ ਕੇ ਹਮਲਾ ਕਰ ਰਹੇ ਨੇ ਤੇ ਨਾ ਹੀ ਉਹਨਾਂ ਦਾ ਪਰਚਾ ਲੈ ਰਹੇ ਨਾ ਉਹਨਾਂ ਕੋਲ ਸੁਣਵਾਈ ਕੋਈ ਤੁਹਾਡੇ ਵੱਲੋਂ ਕੋਈ ਉਹਨਾਂ ਨੂੰ ਸੱਟ ਫੇਟ ਮਾਰੀ ਗਈ ਹੈ ਤੁਸੀਂ ਨਹੀਂ ਜੀ ਕੁਝ ਨਹੀਂ ਮਾਰਿਆ ਗਿਆ ਜੀ ਤੁਹਾਡੇ ਕੋਲ ਪ੍ਰੋਪਰ ਵੀਡੀਓਜ਼ ਵਗੈਰਾ ਹੈਗੇ ਜਦੋਂ ਹਮਲਾ ਹੋਇਆ ਸੀ ਕੋਈ ਪ੍ਰੂਫ ਹੈਗੇ ਪ੍ਰੂਫ ਤਾਂ ਇਹ 7 ਵਜੇ ਉਹਨਾਂ ਦੇ ਉੱਥੇ ਕੋਈ ਕੈਮਰੇ ਨਹੀਂ ਲੱਗੇ ਹੋਏ ਕੁਝ ਨਹੀਂ ਲੱਗੇ ਜੇ ਕੈਮਰਾ ਲੱਗਿਆ ਹੁੰਦਾ ਤਾਂ ਤੁਹਾਡੇ ਕੋਲ ਅਸੀਂ ਜ਼ਰੂਰ ਲੈ ਕੇ ਜਾਂਦੇ ਐਵੇਂ ਕੋਈ ਆਪਦੇ ਸੱਟ ਨਹੀਂ ਮਾਰਦਾ ਜੀ ਅੱਜ ਤੁਹਾਡੀ ਕੀ ਕਾਰਵਾਈ ਰਹਿਣ ਵਾਲੀ ਹੈ ਅੱਜ ਅਸੀਂ ਜੇਰੀ 'ਚ ਆਏ ਹਾਂ ਡੀਸੀ ਸਾਹਿਬ ਤੇ ਐਸਪੀ ਸਾਹਿਬ ਨੂੰ ਗੱਪਨ ਸੌਂਪਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਸਾਡੇ ਨਾਲ ਖੜੋ ਤੇ ਇਸ ਜਿਹੜੇ ਕੰਮ ਚੱਲ ਰਿਹਾ ਗਲਤ ਇਹਨੂੰ ਬੰਦ ਕਰਾਉਣ 'ਚ ਸਾਡਾ ਸਹਿਯੋਗ ਕਰੋ ਤੇ ਬਣਦੀ ਕਾਰਵਾਈ ਜਿਹੜੇ ਗਲਤ ਬੰਦੇ ਹੈਗੇ ਨੇ ਉਹਨਾਂ ਦੇ ਖਿਲਾਫ਼ ਕਰੋ ਅਗਰ ਕਾਰਵਾਈ ਨਹੀਂ ਕਰਦਾ ਪ੍ਰਸ਼ਾਸਨ ਕੋਈ ਤੇ ਅੱਗੇ ਤੁਹਾਡਾ ਕੀ ਕਦਮ ਰਹੂਗਾ ਦੇਖੋ ਜੀ ਜੇ ਕਾਰਵਾਈ ਨਹੀਂ ਕਰੇ ਕਰੀਏ ਅਸੀਂ ਫਿਰ ਇਸ ਮੁਹਿੰਮ ਨੂੰ ਜਾਰੀ ਰੱਖਾਂਗੇ ਅਸੀਂ ਠੰਡੇ ਨਹੀਂ ਪੈਂਦੇ ਇਸ ਮੁਹਿੰਮ ਨੂੰ ਅਸੀਂ ਜਾਰੀ ਰੱਖਣਾ ਹੀ ਰੱਖਣਾ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਔਕੜ ਵੀ ਆਉਣਗੇ ਉਤਾਰ ਚੜਾਅ ਵੀ ਹੋਣਗੇ ਇਹ ਸਾਨੂੰ ਇਸ ਇਹ ਅਸੀਂ ਸਾਰਾ ਪਹਿਲਾਂ ਹੀ ਸੋਚਿਆ ਹੋਇਆ ਕਿ ਉਹ ਜਿਹੜਾ ਵੀ ਚੰਗਾ ਕੰਮ ਕਰਦਾ ਉਹਨੂੰ ਜੂਤ ਵੀ ਪੈਂਦੇ ਨੇ ਛਿੱਤਰ ਵੀ ਪੈਂਦੇ ਨੇ ਸਾਰਾ ਕੁਛ ਹੁੰਦਾ ਹੈ ਜੀ ਤੇ ਅਸੀਂ ਇਹ ਚੰਗਾ ਜਿਹੜਾ ਕੰਮ ਕਰ ਰਹੇ ਨੇ ਇਸ ਨੂੰ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਤੇ ਅਸੀਂ ਕਰਦੇ ਹੀ ਰਵਾਂਗੇ ਹਾਲੇ ਇਸ ਬਾਰੇ ਕੋਈ ਸੋਚਿਆ ਨਹੀਂ ਗਿਆ ਲੇਕਿਨ ਇੱਕ ਵਾਰੀ ਚੱਲ ਰਿਹਾ ਜਿਹੜਾ ਵੀ ਚੱਲ ਰਿਹਾ ਸਾਡੀ ਮਤਲਬ ਇਹ ਮੁਹਿੰਮ ਰਹੇਗੀ ਵੀ ਅਸੀਂ ਇਸ ਕੰਮ ਨੂੰ ਅੱਗੇ ਵਧਾਉਂਦੇ ਰਹੀਏ ਆਂਟੀ ਕੀ ਨਾਮ ਹੈ ਆਪਣਾ ਬਬਲੀ ਕੀ ਅੱਜ ਪਹੁੰਚੇ ਹੋ ਕਿਹੜੇ ਅਸੀਂ ਇਸ ਵਜ੍ਹਾ ਨਾਲ ਪਹੁੰਚੇ ਹਾਂ ਕਿ ਸਾਡੇ ਘਰ ਬਾਰ ਦੇ ਬੱਚੇ ਸਾਰੇ ਇੱਕ ਤੋਂ ਇੱਕ ਹੋ ਕੇ ਮਰੀ ਜਾਂਦਾ ਹੈ ਦਸ ਨਸ਼ਾ ਪੀ ਜਾਂਦਾ ਹੈ ਔਰ ਅਸੀਂ ਇਵੇਂ ਸੋਚਦੇ ਹਾਂ ਜਿਹੜੇ ਅਸੀਂ ਇਹ ਕਦਮ ਚੱਕਿਆ ਹੈ ਹੁਣ ਤੁਹਾਡੇ ਵਰਗੇ ਜਿਹੜੇ ਸਰਕਾਰ ਵੀ ਹੈਗੀ ਸੁਣਦੀ ਹੈ ਸਾਡੀ ਸਾਰੀ ਗੱਲ ਔਰ ਸਾਡਾ ਸਾਥ ਦੇ ਚਿੱਟਾ ਧੰਦਾ ਸਾਰਾ ਸਾਡੀ ਕਲੋਨੀ 'ਚ ਹੋ ਰਿਹਾ ਹੈ ਸਰਚੇਸ ਤੇ ਹੋਰ ਵੀ ਦੇਸ਼ ਕਲੋਨੀ ਹੈਗੀ ਨਾ ਕਿ ਜੇ ਜੇ ਕਲੋਨੀ ਹੈਗੀ ਸਾਰੀ ਜੋ ਅਸੀਂ ਸਿਗੰਦ ਇਲਾਕੇ 'ਚ ਅਸੀਂ ਬੈਠੇ ਹਾਂ ਸਾਡੀ ਕੋਈ ਨਹੀਂ ਸੁਣਾਈ ਕਰਦਾ ਅਸੀਂ ਜਾਈਏ ਚਾਹੇ ਉੱਤੇ ਨੀਚੇ ਕਿਤੇ ਵੀ ਜਾਈਏ ਸਰਕਾਰ ਕੋਲ ਸਾਡੀ ਕੋਈ ਵੈਲਿਊ ਨਹੀਂ ਕਰਦਾ ਸਾਡੀ ਕੋਈ ਨਹੀਂ ਸੁਣਦਾ ਕਿੰਨੇ ਸਾਲਾਂ ਤੋਂ ਅੰਟੀ ਜੇਜੇ ਕਲੋਨੀ 'ਚ ਰਹਿੰਦੇ ਇਹ ਅਸੀਂ ਤਾਂ ਹੁਣ ਅਸੀਂ ਉੱਥੇ 50 ਸਾਲ ਦੇ ਹੋ ਗਏ ਜਨਮ ਸਾਡਾ ਉੱਥੇ ਹੀ ਸੀ ਸਾਡਾ ਪਰਿਵਾਰ ਉੱਥੇ ਹੀ ਚੱਲਦਾ ਚੱਲਦਾ ਹੁਣ ਅਸੀਂ ਦੂਜੀ ਤੀਜੀ ਪੀੜ੍ਹੀ 'ਚ ਆ ਗਏ ਤੇ ਜਿਹੜਾ ਆਹ ਕਰ ਰਹੇ ਉਸ ਕਲੋਨੀ ਦੇ ਵਿੱਚ ਕਿਹੜੇ ਲੋਕ ਹਨ ਸ਼ੁਰੂ ਤੋਂ ਉਹ ਸਾਡੀ ਬਿਆਦਰੀ ਤੇ ਨਹੀਂ ਹੈਗੇ ਨਾ ਜਿਹੜੇ ਮਰਜੀ ਆ ਕੇ ਆਪਦਾ ਘਰ ਵਸਾਈ ਜਾਂਦੇ ਨੇ ਤਾਂ ਆਪਦੀ ਜੀ ਕਮਾਈ ਕਰ ਕਰਕੇ ਘਰ ਬਣਾਈ ਜਾਂਦੇ ਨੇ ਖਾਈ ਜਾਂਦੇ ਨੇ ਕਮਾਈ ਤਾਂ ਸਾਡੀ ਕਲੋਨੀ 'ਚ ਕਰਦੇ ਨੇ ਤਾਂ ਘਰ ਬਾਰ ਉਹਨਾਂ ਨੇ ਆਪਦੀ ਚੰਗੇ ਚੰਗੇ ਕਲੋਨੀਆਂ 'ਚ ਜਾ ਕੇ ਘਰ ਕੋਠੀਆਂ ਬਣਾ ਰੱਖੀਆਂ ਨੇ ਰਹਿੰਦੇ ਨੇ ਆਉਂਦੇ ਨੇ ਖਾਂਦੇ ਪੀਤੇ ਪੀਂਦੇ ਨੇ ਉੱਥੇ ਕਮਾਈ ਸਾਡੀ ਕਲੋਨੀ 'ਚ ਆ ਕੇ ਕਰਦੇ ਨੇ ਮਾੜਾ ਧੰਦਾ ਕਰ ਕਰਕੇ ਕਰਦੇ ਨੇ ਚਿੱਟਾ ਵੇਚ ਕੇ ਕਰਦੇ ਨੇ ਗੋਲੀਆਂ ਵੇਚਦੇ ਨੇ ਹੁਣ ਸਾਡੇ ਕੋਲ ਸਾਡੇ 'ਤੇ ਕਿੰਨਾ ਅਸਰ ਹੈਗਾ ਹੈ ਸਾਡੇ ਬੱਚੇ ਜਿਹੜੇ ਹੁਣ 400-500 ਕਮਾ ਕੇ ਲਿਆਉਂਦੇ ਨੇ ਜਿਹੜਾ ਉਹ ਹੀ ਨਸ਼ੇ ਪੱਤਿਆਂ 'ਚ ਲਾ ਦਿੰਦੇ ਨੇ ਅਸੀਂ ਤਾਂ ਪੁਲਿਸ ਕੋਲ ਚਲੇ ਜਾਂਦੇ ਹਾਂ ਥੋੜ੍ਹੀ ਬਹੁਤੀ ਕੀ ਤਾਂ ਸਾਡੀ ਸੁਣਾਈ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਕਦੇ ਸਾਡੇ ਨਾਲ ਖਿਲਾਫ਼ ਖੜੇ ਨਹੀਂ ਹੋਏ ਉਹਦੇ ਸਾਡੇ ਨਾਲ ਸਾਨੂੰ ਸਾਥ ਨਹੀਂ ਦਿੱਤਾ ਉਹਨਾਂ ਨੇ ਪੂਰਾ ਠੀਕ ਹੈ ਸੰਗੀ ਹੋ ਜਾਏ ਸਾਡੇ ਬੱਚੇ ਵੀ ਸੁਧਰ ਜਾਣ ਸਾਡੀ ਕਮਾਈ ਘਰੇ ਆਉਣ ਲੱਗ ਜੇ ਅਸੀਂ ਚੰਗੀ ਰੋਟੀ ਖਾਣ ਸਾਨੂੰ ਵੀ ਚੰਗਾ ਲੱਗਦਾ ਹੈ ਸਾਡੇ ਵੀ ਘਰ ਬਾਰ ਸੋਹਣੇ ਹੋਣ ਚੰਗੇ ਹੋਣ ਐਵੇਂ ਥੋੜ੍ਹੀ ਵੀ ਸਾਡੇ ਬੱਚੇ ਕਮਾ ਕੇ ਲਿਆ ਕੇ ਉਹੀ ਨਸ਼ਾ ਕਰ ਲੈਂਦੇ ਨੇ ਔਰ ਰੋਟੀ ਸਾਡੇ ਕੋਲ ਖਾਣੀ ਉਹਨਾਂ ਨੇ ਅਸੀਂ ਕਿੰਨਾ ਕੁਛ ਕਰ ਸਕਦੇ ਹਾਂ ਬੱਚਿਆਂ ਵਾਸਤੇ ਦੱਸੋ ਪੜ੍ਹਾਈ ਲਿਖਾਈ ਕਰਾਈ ਅਸੀਂ ਬੱਚਿਆਂ ਨੂੰ ਸਾਡੇ ਕੋਈ ਕੰਮ ਨਹੀਂ ਆ ਰਹੀ ਸਾਡਾ ਕੋਈ ਬੱਚਾ ਨਹੀਂ ਇਹ ਜਿਹਾ ਹੈਗਾ ਵੀ ਤੁਹਾਡੇ ਵਰਗਾ ਚੰਗਾ ਕਦਮ ਚੱਕ ਕੇ ਬੱਚਾ ਖਾਂਦਾ ਪੀਂਦਾ ਹੋਵੇ ਇਹ ਜੀ ਕੋਈ ਨਹੀਂ ਹੈਗਾ ਬੜੇ ਜਿਹੜੀ 400-500 ਕਮਾ ਲਿਆ ਔਰ ਉਹਨਾਂ ਨੇ ਆਪ ਨਹੀਂ ਖਾ ਲਿਆ ਅਸੀਂ ਉਸ ਕਲੋਨੀ 'ਚ ਨਾ ਬਹੁਤ ਜ਼ਿਆਦਾ ਪਰੇਸ਼ਾਨ ਆ ਨਹੀਂ ਰਹਿ ਸਕਦੇ